बीती रात दीनानगर के लेगढ़ रोड से 28 वर्षीय नौजवान की लाश मिलने से इलाके में दहशत का माहौल बना हुआ है। घटना की सूचना मिलते ही पुलिस ने मौके पर पहुंचकर कार से लाश को कब्जे में ले लिया। पुलिस को मृतक की लाश को गुरदासपुर सिविल अस्पताल में पोस्टमार्टम के लिए भेज दिया है। पुलिस ने इस मामले में अपनी जांच शुरू कर दी है। वहीं कब्जे में ली गई कार का चालक इलाके में चर्चा का विषय। हाँ, वो शिनाख्त हो चुकी है। लड़के का नाम है बलजिंदर सिंह, सन ऑफ अवतार सिंह, लेट अवतार सिंह, वासी है न्यू प्रेम नगर हरदुशनी रोड गुरदासपुर। ਇਹਦੀ ਕੋਈ ਉਮਰ ਹੈਗੀ 27-28 ਸਾਲ ਦੀ। ਅਤੇ ਕੋਈ ਸਾਨੂੰ 7:45 ਵਜੇ ਪਤਾ ਲੱਗਿਆ ਸੀ ਇਸ ਤਰ੍ਹਾਂ ਕਾਰ ਖੜੀ ਆ, ਕਾਰ ਦੇ ਵਿੱਚ ਬੰਦਾ ਡੈਡ। ਅਤੇ ਪਤਾ ਲੱਗਿਆ ਇਹਦੇ ਵਾਰਸ ਨੂੰ ਮੌਕੇ 'ਤੇ ਬੁਲਾ ਲਿਆ ਸੀ ਅਤੇ ਉਹਦੀ ਸ਼ਨਾਖਤ ਹੋ ਗਈ ਹੈ। ਅਤੇ ਉਹਦੇ ਇਹ ਸਮਝ ਇਹ ਪਤਾ ਲੱਗਿਆ ਵੀ ਇਹ ਬਿਮਾਰ ਸੀ ਪਿਛਲੇ ਸਾਲਾਂ ਤੋਂ, ਉਹਦੇ ਕੋਈ ਲਿਵਰ ਦੀ ਵੀ ਪ੍ਰੋਬਲਮ ਹੈਗੀ ਸੀਗੀ। ਨਹੀਂ, ਹਾਲੇ ਕੋਈ ਪਤਾ ਨਹੀਂ ਲੱਗਿਆ ਇਹਦੇ ਬਾਰੇ। ਅਸੀਂ ਜੋ ਵੀ ਆ ਇਹਦੀ ਤਫਤੀਸ਼ ਕਰ ਰਹੇ ਹਾਂ, ਜੋ ਵੀ ਕਾਰਵਾਈ ਦੇ ਦੌਰਾਨ ਜਿਹੜੀ ਵੀ ਹਾਲਾਤ ਸਾਹਮਣੇ ਆਉਣਗੇ ਫਿਰ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਨਹੀਂ ਅਜੇ ਨਹੀਂ, ਅਜੇ ਅਜੇ ਉਹਨਾਂ ਨੂੰ ਬੁਲਾਇਆ ਵਾ, ਬੁਲਾਉਣ ਤੋਂ ਬਾਅਦ ਜਿਹੜੀ ਵੀ ਉਹ ਜਿਸ ਤਰ੍ਹਾਂ ਕਹਿੰਦੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਹਾਂ, ਡੈਡ ਬੋਡੀ ਜਿਹੜੀ ਆ ਉਹ ਪੋਸਟਮਾਰਟਮ ਵਾਸਤੇ ਸਿਵਲ ਹਸਪਤਾਲ ਭੇਜ ਦਿੱਤੀ ਹੈ।